ਸੋ ਆਤ ਸਤਿਗੁਰੂ ਗਿਆਨ ਆਤਮਾ ਰਾਜ ਸਾਰਨ ਜੈ ਵਾਲਮੀਕੀ ਜੀ ਜੈਪੀ ਜੈਪਰਤ ਮੇਰਾ ਨਾਮ ਸੁਬੀਤ ਕਾਲੀ ਹੈ ਜੀ ਮੈਂ ਆਦੀ ਵਾਲਮੀਕੀ ਅਬਿਟਕਰ ਮਹਾਪੰਚਾਇਤ ਸੰਗਠਨ ਦਾ ਮੁਖ ਸੁਚਾਲਾ ਗਿਆ ਸੋ ਆਤ ਦਾ ਮਸਲਾ ਹੈ ਜੀ ਸਾਡੀ ਜਿਹੜੀ ਭੈਣ ਬਲਮਾ ਵਾ ਸਾਡੇ ਦਲੀ ਸੁਰੱਖਿਆ ਸੈਨਾ ਵੱਲੋਂ ਸਾਡੇ ਸ਼ਬੀਦ ਧਰਾਵੜ ਜੀ ਔਰ ਮਹਾਪੰਚਾਇਤ ਦੇ ਸੰਗਠਨ ਕੋਾਈ ਸੀ ਔਰ ਇਹਨਾਂ ਨੇ ਦੱਸਿਆ ਕਿ ਸਾਹਿਲ ਨਾਮ ਦਾ ਲੜਕਾ ਵਾ ਜਿਹਦੇ ਨਾਲ 4 ਸਾਲਾਂ ਤੋਂ ਇਹਨਾਂ ਦੇ ਰਿਲੇਸ਼ਨ ਚੱਲਦੇ ਪਏ ਆ ਤੇ ਅੱਜ ਉਹ ਮੁੰਡਾ ਜਿਹੜਾ ਵਾ ਉਹ ਸ਼ਾਦੀ ਤੋਂ ਇਨਕਾਰ ਹੀ ਦੇ ਨਾਲ ਕਰਦਾ ਪਿਆ ਵਾ ਅਸੀਂ ਇਹੋ ਚਾਹੁੰਦੇ ਆ ਕਿ ਜੇ ਆ ਸੁਪਰੀਮ ਕੋਰਟ ਵੱਲੋਂ ਜਿਹੜਾ ਇੱਕ ਲਿਵਿੰਗ ਰਿਲੇਸ਼ਨ ਦਾ ਜਿਹੜਾ ਜਿਹੜਾ ਐਕਟ ਪਾਸ ਕੀਤਾ ਗਿਆ ਇਹਦਾ ਮਤਲਬ ਇਹ ਥੋੜਾ ਵਾ ਕਿ ਕਿਹੇ ਧੀ ਭੈਣ ਦੇ ਨਾਲ 4-5 ਸਾਲ ਆਪਾਂ ਲਿਵਿੰਗ ਰਿਲੇਸ਼ਨਾਂ ਦੇ ਵਿੱਚ ਉਹਦੇ ਨਾਲ ਰਹੀਏ ਤੇ ਫਿਰ ਉਹਨੂੰ ਆਪਾਂ ਯੂਜ਼ ਕਰਕੇ ਆਪਾਂ ਉਹਨੂੰ ਛੱਡ ਦਈਏ ਅਸੀਂ ਸੁਪਰੀਮ ਕੋਰਟ ਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਇਹੋ ਜਿਹੇ ਦੋਸ਼ੀ ਅਤਿਆਚਾਰ ਕਰਦੇ ਨੇ ਉਹਨਾਂ ਦੋਸ਼ੀਆਂ ਦੇ ਉੱਤੇ ਬੰਦੀ ਕਲੋਨੀ ਕਾਰਵਾਈ ਕੀਤੀ ਜਾਵੇ ਅੱਜ ਇਸ ਭੈਣ ਨੂੰ ਨਿਆਂ ਦੇਣ ਵਾਸਤੇ ਆਪਾਂ ਇੱਥੇ ਪੁੱਛ ਲੈਣਾਂ ਅੱਜ ਪਹੁੰਚੇ ਆ ਮਹਿਲਾ ਵਿੰਗ ਦੇ ਸਾਮਨਾ ਪਹਿਲੇ ਮੈਂ ਇਹੋ ਹੀ ਗੱਲ ਕਰਨਾ ਚਾਹਨਾ ਕਿ ਜਿਹੜੇ ਅੰਦਰ ਅਫਸਰ ਲਾਏ ਆ ਉਹ ਵੀ ਅਫਸਰ ਜਿਹੜੇ ਆ ਹਮੇਸ਼ਾ ਹੀ ਲੇਡੀਸ ਹਣੀਆਂ ਚਾਹੀਦੀਆਂ ਵਾ ਕਿਉਂ ਜਦੋਂ ਇਹ ਭੈਣਾਂ ਜਿਹੜੀਆਂ ਅੱਗੇ ਜਦੋਂ ਗੱਲ ਕਰਦੀਆਂ ਜਦੋਂ ਜਾ ਕੇ ਅੱਗੇ ਮਿਲਦੀਆਂ ਅਫਸਰਾਂ ਦੇ ਨਾਲ ਅਗਲੇ ਬੰਨੇ ਸਾਰੇ ਜਿਹੜੇ ਹੁੰਦੇ ਆ ਕਈ ਮੁਲਾਜ਼ਮ ਜਿਹੜੇ ਆ ਅੰਦਰ ਜੈਂਸ ਲੱਗੀ ਹੋਈ ਆ ਇਹ ਭੈਣਾਂ ਜਿਹੜੀਆਂ ਆਪਣੀਆਂ ਗੱਲਬਾਤ ਉਹਨਾਂ ਦੇ ਨਾਲ ਨਹੀਂ ਉਹੋ ਜਿਹੀਆਂ ਕਰ ਪਾਉਂਦੀਆਂ ਜੋ ਲੇਡੀਸ ਨਾਲ ਕਰ ਪਾਉਂਦੀਆਂ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੀਆਂ ਤੁਸੀਂ ਦਰਖਾਸਤਾਂ ਇੱਧਰ ਤੋਰਦੇ ਜੇ ਉਹ ਸਾਰੇ ਸਮੇਂ ਦੇ ਟਾਈਮ ਦੇ ਵਿੱਚ ਇੱਥੇ ਜਿੰਨੇ ਵੀ ਜਿਹੜੇ ਮੁਲਾਜ਼ਮ ਲੱਗੇ ਹੋਣ ਉਹ ਸਾਰੇ ਹੀ ਲੇਡੀਜ਼ ਲੱਗੇ ਹੋਣ ਬਲਕਿ ਜੈਨ ਸਿੱਥੇ ਕੋਈ ਨਾ ਲੱਗਾ ਹੋਵੇ ਕਿਉਂ ਆਪਣੀਆਂ ਦੁੱਖ ਦੀਆਂ ਗੱਲਾਂ ਜਿਹੜੀਆਂ ਜਦੋਂ ਅਸੀਂ ਕਿਸੇ ਬੰਦੇ ਦੇ ਨਾਲ ਕਰਦੇ ਆ ਨਾ ਤੇ ਉਸ ਬੰਦੇ ਨੂੰ ਸਾਨੂੰ ਆਪਣੇ ਆਪ ਨੂੰ ਸ਼ਰਮ ਆਉਂਦੀ ਆ ਕਿ ਅਸੀਂ ਇਹਨਾਂ ਨਾਲ ਕੀ ਗੱਲ ਕਰੀ ਉਹ ਵੀ ਇਸ ਚੀਜ਼ ਨੂੰ ਮਹਿਸੂਸ ਕਰਦੀ ਆ ਵਾ ਮਗਰ ਅਸੀਂ ਬੇਨਤੀ ਕਰਨਾ ਚਾਹੁੰਦੇ ਕਿ ਇਹ ਜਿਹੜੀ ਭੈਣ ਆ ਬਲਮਾ ਅਗਰ ਇਹਦੇ ਤੇ ਇਹਦੇ ਦੋਸ਼ੀ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਮਜਬੂਰਨ ਸਾਨੂੰ ਲਾਰੈਂਸ ਰੋਡ ਚੌਂਗ ਦਾ ਜਿਹੜਾ ਚੱਕਾ ਜਾਮ ਕਰਨਾ ਪਏਗਾ ਅਸੀਂ ਚਾਹੁੰਦੇ ਆ ਕਿ ਇਸ ਭੈਣ ਦੀ ਜਿਹੜੇ ਜਿਹੜੇ ਉਹਨੇ ਮਤਲਬ ਕਿ ਸ਼ੋਸ਼ਣ ਕੀਤਾ ਹੈ ਉਸ ਸਾਹ ਨਾਲ ਇਹਨਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈ ਬਲਮਿਕੀ ਜੈ ਪੀ ਅਸ਼ਵਾਸ਼ ਨੇ ਇਹੋ ਹੀ ਦਿੱਤਾ ਗਿਆ ਜੀ ਇਹ ਭੈਣ ਨੇ ਬਿਆਨ ਦਿੱਤੇ ਆ ਤੇ ਉਹਨਾਂ ਨੇ ਕਿਹਾ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜਾ ਪਰਚਾ ਦਰਜ ਹੋ ਜਾਏਗਾ ਮਗਰ ਅਸੀਂ ਚਾਹੁੰਦੇ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਗਰ ਇਹ ਕਾਰਵਾਈ ਕਰ ਦਿੰਦੇ ਆ ਠੀਕ ਹੈ ਨਹੀਂ ਤੇ ਫਿਰ ਉਸ ਤੋਂ ਬਾਅਦ ਲਾਰੈਂਸ ਉਹ ਚੱਕਾ ਜਾਮ ਕਰਾਂਗੇ ਜੀ ਮੈਂ ਇੱਥੇ ਆਈ ਸੀ ਕਮਿਸ਼ਨਰ ਸਾਹਿਬ ਜੀ ਨੇ ਮਾਰ ਕੀਤੀ ਸੀ ਕੰਪਲੇਂਟ ਮੇਰੀ ਤੇ ਮੈਂ ਇੱਥੇ ਆਈ ਸੀ ਤੇ ਇੱਥੇ ਬਿਆਨ ਹੋਏ ਮੇਰੇ ਮੈਂ ਬਿਆਨ ਲਖਵਾਇਆ ਵੀ ਜਾ ਮੇਰ ਨਾਲ ਵਿਆਹ ਕਰਵਾ ਲੈ ਤੇ ਜਾ ਇਤੇ ਬੰਦੀ ਕਾਰਵਾਈ ਕੀਤੀ ਜਾਵੇ ਮੈਂ ਬੇਨਤੀ ਜੀ ਆ ਜੋ ਜਿਹੜੀ ਦੂਸਰੀ ਪਾਰਟੀ ਉਹਨੂੰ ਵੀ ਬੁਲਾਇਆ ਗਿਆ ਹਾਂਜੀ ਬੁਲਾਇਆ ਗਿਆ ਸੀ ਉਹਨਾਂ ਦੇ ਵੀ ਬਿਆਨ ਲਿੱਤੇ ਗਏ ਆ ਉਹ ਕਹਿੰਦੇ ਵੀ ਅਸੀਂ ਤੇਰਾ ਵਿਆਹ ਨਹੀਂ ਕਰਨਾ ਤੁਹਾਨੂੰ ਕੀ ਅਸੋਸ਼ੀਏਸ਼ਨ ਮੈਨੂੰ ਹਾਂਜੀ ਮੈਨੂੰ ਸਾਫ ਮਿਲਣਾ ਚਾਹੀਦਾ ਇਹ ਵੀ ਮੇਨਾਂ ਵਿਆਹ ਕਰਾਵੇ ਤੇ ਪੁਲਿਸ ਨੇ ਜਿਹੜਾ ਤੁਹਾਨੂੰ ਕੀ ਅਸੋਸ਼ੀਏਸ਼ਨ ਦਵਾਇਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ 2 ਦਿਨ ਤੱਕ ਰੱਸੀ ਦੇਖ ਲੋ ਪਰਚਾ ਚਰਚ ਕਰ ਜਾਵਾਂਗੇ ਅਗਰ ਜੇ ਅਗਰ ਪਰਚਾ ਨਹੀਂ ਹੁੰਦਾ ਤਾਂ ਕੀ ਕਰਵੇਗੀ ਹੈਗੀ ਅਸੀਂ ਜੋ ਬੰਦੀ ਕਾਰਵਾਈ ਮੇਰੇ ਕਿਆ ਸੰਗਠਨ ਸਿੰਘ ਨੇ ਵੀ ਉਹਨਾਂ ਨਾਲ ਹੋਏਗੀ ਤੁਹਾਡੇ ਅੱਜ ਬਿਆਨ ਲਿਖਾਏ ਗਏ ਹਾਂਜੀ ਲਿਖਾਏ ਗਏ ਕੀ ਮੰਗ ਕੇ ਕੀ ਹੁਣ ਤੱਕ ਮੰਗ ਮੰਗ ਕੇ ਸਾਫੀ ਮੰਗ ਕਰਦੇ ਹਾਂਜੀ ਸਰਕਾਰ ਕੀ ਮੰਗ ਸਾਫੀ ਮੰਗ ਕਰਦੇ ਮੈਂ ਇਨਸਾਫ ਦੀ ਮੰਗ ਕਰਦੀ ਮੈਨੂੰ ਜੋ ਇਨਸਾਫ ਮਿਲਣਾ ਜੋ ਤੱਕਾ ਹੋਇਆ ਮੈਨੂੰ ਇਨਸਾਫ